ਜ਼ਿਲ੍ਹਾ ਸ਼ਹਿਰ ਦੇ ਮੇਨ ਚੌਂਕ ਵਿਖੇ 25 ਫਰਵਰੀ 2021 ਨੂੰ ਲੁੱਟਖੋਹ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਮੋਟਰਸਾਈਕਲ ਸਵਾਰ ਨਕਾਬਪੋਸ਼ ਲੁਟੇਰੇ ਇੱਕ ਥੋਕ ਦੇ ਵਪਾਰੀ ਕੋਲੋਂ 7,20,000 ਦੀ ਨਕਦੀ ਵਾਲਾ ਬੈਗ ਖੋਹ ਕੇ ਫਰਾਰ ਹੋ ਗਏ ਸਨ। ਇਕੱਤਰ ਵੇਰਵਿਆਂ ਦੇ ਅਨੁਸਾਰ ਲੁੱਟ ਦਾ ਸ਼ਿਕਾਰ ਹੋਇਆ ਵਪਾਰੀ ਕੋਟਕਪੂਰਾ ਦੇ ਨਾਲ ਸੰਬੰਧਿਤ ਹੈ ਅਤੇ ਜ਼ਿਲ੍ਹਾ ਤੇ ਤਲਵੰਡੀ ਭਾਈ ਵਿਖੇ ਲੁੱਟ ਦਾ ਸ਼ਿਕਾਰ ਹੋਇਆ। ਵਪਾਰੀ ਵੇਸਣ ਅਤੇ ਹੋਰ ਵਸਤਾਂ ਦੇ ਥੋਕ ਦਾ ਵਪਾਰ ਕਰਦਾ ਸੀ ਅਤੇ ਜ਼ਿਲ੍ਹਾ ਤੇ ਤਲਵੰਡੀ ਭਾਈ ਦੀਆਂ ਦੁਕਾਨਾਂ ਤੋਂ ਉਗਰਾਹੀ ਕਰਨ ਆਇਆ ਸੀ। ਪੁਲਿਸ ਵੱਲੋਂ ਸੀਸੀਟੀਵੀ ਦੀ ਮਦਦ ਦੇ ਨਾਲ ਦੋਸ਼ੀਆਂ ਨੂੰ ਟ੍ਰੇਸ ਕੀਤਾ ਗਿਆ ਅਤੇ ਪੜਤਾਲ ਸ਼ੁਰੂ ਕਰ ਦਿੱਤੀ ਗਈ ਅਤੇ SHO ਮੋਹਿਤ ਤਾਪਨ ਵੱਲੋਂ ਆਪਣੀ ਸੂਝਬੂਝ ਦੇ ਨਾਲ DSP ਰਾਜਵਿੰਦਰ ਸਿੰਘ ਰੰਧਾਵਾ ਦੇ ਦਿਸ਼ਾ ਨਿਰਦੇਸ਼ਾਂ ਤੇ ਜਲਦੀ ਦੋਸ਼ੀਆਂ ਨੂੰ ਕਾਬੂ ਕਰ ਲਿਆ। ਸੇਲਸਮੈਨ ਸੀ ਉਹ ਤਲਵੰਡੀ ਭਾਈ ਤੋਂ ਜ਼ੀਰਾ ਤੋਂ ਪੇਮੈਂਟ ਇਕੱਠੀ ਕਰਕੇ ਬੱਸ ਸਟੈਂਡ ਜ਼ੀਰਾ ਨੂੰ ਜਾ ਰਿਹਾ ਸੀ ਆਪਣੇ ਪਿੰਡ ਕੋਟਕਪੂਰਾ ਜਾਣ ਵਾਸਤੇ। ਜਦੋਂ ਬੱਸ ਸਟੈਂਡ ਗਿਆ ਤਾਂ ਉੱਥੇ ਮੋਟਰਸਾਈਕਲ ਦੇ ਉੱਪਰ ਦੋ ਨੌਜਵਾਨ ਆਏ ਔਰ ਉਸਕੇ ਪਾਸ ਜੋ ਬੈਗ ਸੀ ਉਹ ਖੋ ਕੇ ਲੈ ਕੇ ਫਰਾਰ ਹੋ ਗਏ ਸੀ। ਉਹਦੇ ਵਿੱਚ ਟੋਟਲ ਉਹ ਦੱਸਦਾ ਸੀ ਕਿ ਸਾਡੇ 7,00,000 ਅਸੀਂ ਉਹਦੇ ਵਿੱਚ ਸੀ। ਉਸਕੇ ਬਾਅਦ ਮੈਂ ਅਸੀਂ ਪੂਰਾ ਟੈਕਨੀਕਲ ਐਵੀਡੈਂਸ CCTV ਫੁਟੇਜ ਔਰ ਅਸੀਂ ਸਾਰੇ ਇਨਫੋਰਮੇਸ਼ਨ ਲਗਾ ਕੇ 1 ਤਾਰੀਕ ਨੂੰ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬ ਹੋਏ। ਪਹਿਲਾ ਦੋਸ਼ੀ ਹੈਗਾ ਗੁਰਜੀਤ ਸਿੰਘ, ਦੂਜਾ ਦੋਸ਼ੀ ਹੈਗਾ ਗੁਰਸੇਵਕ ਸਿੰਘ। ਅਸੀਂ ਇਹਨਾਂ ਕੋਲ ਟੋਟਲ 4,70,000 ਰੁਪਏ ਨਕਦੀ ਅਸੀਂ ਬਰਾਮਦ ਕਰ ਲਏ ਹੈਗੇ। ਦੋ ਦੋਸ਼ੀ ਅਭੀ ਫਰਾਰ ਹੈਗੇ, ਗੁਰਬਖਸ਼ਿਸ਼ ਔਰ ਜਸਕਰਨ ਸਿੰਘ। ਤਾਂ ਉਹਨਾਂ ਨੂੰ ਵੀ ਅਸੀਂ ਜਲਦੀ ਗ੍ਰਿਫਤਾਰ ਕਰ ਲਵਾਂਗੇ ਔਰ ਜੋ ਬਾਕੀ ਰਹਿੰਦੀ ਰਕਮ ਉਹ ਵੀ ਅਸੀਂ ਰਿਕਵਰ ਕਰਾਂਗੇ। ਜਿਹੜਾ ਇਨਕਾ ਪਿਛੋਕੜ ਹੈਗਾ, ਜੋ ਦੋਸ਼ੀ ਗੁਰਜੀਤ ਸਿੰਘ ਹੈਗਾ, ਉਹਨੇ ਖਿਲਾਫ਼ ਪਹਿਲੇ ਵੀ 6 ਮੁਕਦਮੇ ਦਰਜ ਹੈਗੇ। ਬੇਸਿਕਲੀ ਜ਼ਿਆਦਾਤਰ ਮੁਕਦਮੇ NDPS ਕੇ ਦਰਜ ਹੈਗੇ, ਉਹ ਨਸ਼ਾ ਕਰਨ ਕਾ ਆਦੀ ਹੈਗਾ। ਦੂਜਾ ਜੋ ਦੋਸ਼ੀ ਅਸੀਂ ਫੜਿਆ ਹੈ ਗੁਰਸੇਵਕ, ਉਹਦੇ ਖਿਲਾਫ਼ ਵੀ ਪਹਿਲੇ ਇੱਕ ਲੜਾਈ ਝਗੜੇ ਕਾ ਪਹਿਲੇ ਮਾਮਲਾ ਦਰਜ ਹੈਗਾ। ਉਹਦੇ ਇਲਾਵਾ ਜੋ ਵਾਰਦਾਤ ਮੈਂ ਜੋ ਯੂਜ਼ ਕੀਤੀ ਮੋਟਰਸਾਈਕਲ ਡਿਲੈਕਸ ਔਰ ਜੋ ਕਾਰ ਸਕੋਡਾ ਨੰਬਰੀ HR 26AS 7806, ਉਹ ਵੀ ਅਸੀਂ ਰਿਕਵਰ ਕੀਤੀ ਹੈ। ਇਹ ਇਹਨਾਂ ਦੇ ਫੈਮਿਲੀ ਕੇ ਮੈਂਬਰਾਂ ਦੇ ਨਾਮ ਹੀ ਹੈਗੇ ਦੋਨੋਂ ਵਹੀਕਲ। ਸਰ ਕੋਈ ਹੋਰ ਹਥਿਆਰ ਜਾਂ ਕੋਈ ਹੋਰ ਬਾਕੀ ਦੀ ਰਿਕਵਰੀ ਹੁੰਦੀ ਕਿ ਬੈਕਵਰਡ ਲਿੰਕੇਜ ਜਾ ਰਹੇ ਹੈਗੇ, ਕਿੱਥੋਂ ਸੋ ਇਹ ਪਰਚੇਜ਼ ਕਰਦੇ ਸੀ ਉਸ 'ਤੇ ਵੀ ਅਸੀਂ ਵਰਕ ਕਰ ਰਹੇ ਹੈਗੇ। ਆਵਾਜ਼ ਕੰਮ ਟੀਵੀ ਲਈ ਫਿਰੋਜ਼ਪੁਰ ਤੋਂ ਪੱਤਰਕਾਰ ਗੁਰਪ੍ਰੀਤ ਸਿੰਘ ਭੁੱਲਰ ਦੀ ਰਿਪੋਰਟ। ਜ਼ਿਲ੍ਹਾ ਸ਼ਹਿਰ ਦੇ ਮੇਨ ਚੌਂਕ ਵਿਖੇ 25 ਫਰਵਰੀ 2021 ਨੂੰ ਲੁੱਟਖੋਹ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਮੋਟਰਸਾਈਕਲ ਸਵਾਰ ਨਕਾਬਪੋਸ਼ ਲੁਟੇਰੇ ਇੱਕ ਥੋਕ ਦੇ ਵਪਾਰੀ ਕੋਲੋਂ 7,20,000 ਦੀ ਨਕਦੀ ਵਾਲਾ ਬੈਗ ਖੋ ਕੇ ਫਰਾਰ ਹੋ ਗਏ ਸਨ। ਇਕੱਤਰ ਵੇਰਵਿਆਂ ਦੇ ਅਨੁਸਾਰ ਲੁੱਟ ਦਾ ਸ਼ਿਕਾਰ ਹੋਇਆ ਵਪਾਰੀ ਕੋਟਕਪੂਰਾ ਦੇ ਨਾਲ ਸੰਬੰਧਿਤ ਹੈ ਅਤੇ ਜ਼ਿਲ੍ਹਾ ਤੇ ਤਲਵੰਡੀ ਭਾਈ ਵਿਖੇ ਲੁੱਟ ਦਾ ਸ਼ਿਕਾਰ ਹੋਇਆ। ਵਪਾਰੀ ਵੇਸਣ ਅਤੇ ਹੋਰ ਵਸਤਾਂ ਦੇ ਥੋਕ ਦਾ ਵਪਾਰ ਕਰਦਾ ਸੀ ਅਤੇ ਜ਼ਿਲ੍ਹਾ ਤੇ ਤਲਵੰਡੀ ਭਾਈ ਦੀਆਂ ਦੁਕਾਨਾਂ ਤੋਂ ਉਗਰਾਹੀ ਕਰਨ ਆਇਆ ਸੀ। ਪੁਲਿਸ ਵੱਲੋਂ CCTV ਦੀ ਮਦਦ ਦੇ ਨਾਲ ਦੋਸ਼ੀਆਂ ਨੂੰ ਟ੍ਰੇਸ ਕੀਤਾ ਗਿਆ ਅਤੇ ਪੜਤਾਲ ਸ਼ੁਰੂ ਕਰ ਦਿੱਤੀ ਗਈ ਅਤੇ SHO ਮੋਹਿਤ ਤਾਪਨ ਵੱਲੋਂ ਆਪਣੀ ਸੂਝਬੂਝ ਦੇ ਨਾਲ DSP ਰਾਜਵਿੰਦਰ ਸਿੰਘ ਰੰਧਾਵਾ ਦੇ ਦਿਸ਼ਾ ਨਿਰਦੇਸ਼ਾਂ ਤੇ ਜਲਦੀ ਦੋਸ਼ੀਆਂ ਨੂੰ ਕਾਬੂ ਕਰ ਲਿਆ। ਸੇਲਸਮੈਨ ਸੀ ਉਹ ਤਲਵੰਡੀ ਭਾਈ ਤੋਂ ਜ਼ੀਰਾ ਤੋਂ ਪੇਮੈਂਟ ਇਕੱਠੀ ਕਰਕੇ ਬੱਸ ਸਟੈਂਡ ਜ਼ੀਰਾ ਨੂੰ ਜਾ ਰਿਹਾ ਸੀ ਆਪਣੇ ਪਿੰਡ ਕੋਟਕਪੂਰਾ ਜਾਣ ਵਾਸਤੇ। ਜਦੋਂ ਬੱਸ ਸਟੈਂਡ ਗਿਆ ਤਾਂ ਉੱਥੇ ਮੋਟਰਸਾਈਕਲ ਦੇ ਉੱਪਰ ਦੋ ਨੌਜਵਾਨ ਆਏ ਔਰ ਉਸਕੇ ਪਾਸ ਜੋ ਬੈਗ ਸੀ ਉਹ ਖੋ ਕੇ ਲੈ ਕੇ ਫਰਾਰ ਹੋ ਗਏ ਸੀ। ਉਹਦੇ ਵਿੱਚ ਟੋਟਲ ਉਹ ਦੱਸਦਾ ਸੀ ਕਿ ਸਾਡੇ 7,00,000 ਅਸੀਂ ਉਹਦੇ ਵਿੱਚ ਸੀ। ਉਸਕੇ ਬਾਅਦ ਮੈਂ ਅਸੀਂ ਪੂਰਾ ਟੈਕਨੀਕਲ ਐਵੀਡੈਂਸ CCTV ਫੁਟੇਜ ਔਰ ਅਸੀਂ ਸਾਰੇ ਇਨਫੋਰਮੇਸ਼ਨ ਲਗਾ ਕੇ 1 ਤਾਰੀਕ ਨੂੰ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬ ਹੋਏ। ਪਹਿਲਾ ਦੋਸ਼ੀ ਹੈਗਾ ਗੁਰਜੀਤ ਸਿੰਘ, ਦੂਜਾ ਦੋਸ਼ੀ ਹੈਗਾ ਗੁਰਸੇਵਕ ਸਿੰਘ। ਅਸੀਂ ਇਹਨਾਂ ਕੋਲ ਟੋਟਲ 4,70,000 ਰੁਪਏ ਨਕਦੀ ਅਸੀਂ ਬਰਾਮਦ ਕਰ ਲਏ ਹੈਗੇ। ਦੋ ਦੋਸ਼ੀ ਅਭੀ ਫਰਾਰ ਹੈਗੇ, ਗੁਰਬਖਸ਼ਿਸ਼ ਔਰ ਜਸਕਰਨ ਸਿੰਘ। ਤਾਂ ਉਹਨਾਂ ਨੂੰ ਵੀ ਅਸੀਂ ਜਲਦੀ ਗ੍ਰਿਫਤਾਰ ਕਰ ਲਵਾਂਗੇ, ਜੋ ਬਾਕੀ ਰਹਿੰਦੀ ਰਕਮ ਉਹ ਵੀ ਅਸੀਂ ਰਿਕਵਰ ਕਰਾਂਗੇ। ਜਿਹੜਾ ਇਨਕਾ ਪਿਛੋਕੜ ਹੈਗਾ, ਜੋ ਦੋਸ਼ੀ ਗੁਰਜੀਤ ਸਿੰਘ ਹੈਗਾ, ਉਹਨੇ ਖਿਲਾਫ਼ ਪਹਿਲੇ ਵੀ 6 ਮੁਕਦਮੇ ਦਰਜ ਹੈਗੇ। ਬੇਸਿਕਲੀ ਜ਼ਿਆਦਾਤਰ ਮੁਕਦਮੇ NDPS ਕੇ ਦਰਜ ਹੈਗੇ, ਉਹ ਨਸ਼ਾ ਕਰਨ ਕਾ ਆਦੀ ਹੈਗਾ। ਦੂਜਾ ਜੋ ਦੋਸ਼ੀ ਅਸੀਂ ਫੜਿਆ ਹੈ ਗੁਰਸੇਵਕ, ਉਹਦੇ ਖਿਲਾਫ਼ ਵੀ ਪਹਿਲੇ ਇੱਕ ਲੜਾਈ ਝਗੜੇ ਕਾ ਪਹਿਲੇ ਮਾਮਲਾ ਦਰਜ ਹੈਗਾ। ਉਹਦੇ ਇਲਾਵਾ ਜੋ ਵਾਰਦਾਤ ਮੈਂ ਜੋ ਯੂਜ਼ ਕੀਤੀ ਮੋਟਰਸਾਈਕਲ ਡਿਲੈਕਸ ਔਰ ਜੋ ਕਾਰ ਸਕੋਡਾ ਨੰਬਰੀ HR 26AS 7806, ਉਹ ਵੀ ਅਸੀਂ ਰਿਕਵਰ ਕੀਤੀ ਹੈ। ਇਹ ਇਹਨਾਂ ਦੇ ਫੈਮਿਲੀ ਕੇ ਮੈਂਬਰਾਂ ਦੇ ਨਾਮ ਹੀ ਹੈਗੇ ਦੋਨੋਂ ਵਹੀਕਲ। ਸਰ ਕੋਈ ਹੋਰ ਹਥਿਆਰ ਜਾਂ ਕੋਈ ਹੋਰ ਬਾਕੀ ਦੀ ਰਿਕਵਰੀ ਹੁੰਦੀ? ਬੈਕਵਰਡ ਲਿੰਕੇਜ ਜਾ ਰਹੇ ਹੈਗੇ, ਕਿੱਥੋਂ ਸੋ ਇਹ ਪਰਚੇਜ ਕਰਦੇ ਸੀ ਉਸ 'ਤੇ ਵੀ ਅਸੀਂ ਵਰਕ ਕਰ ਰਹੇ ਹੈਗੇ। ਆਵਾਜ਼ ਕੰਮ ਟੀਵੀ ਲਈ ਫਿਰੋਜ਼ਪੁਰ ਤੋਂ ਪੱਤਰਕਾਰ ਗੁਰਪ੍ਰੀਤ ਸਿੰਘ ਭੁੱਲਰ ਦੀ ਰਿਪੋਰਟ।